ਸਤਿ ਸ਼੍ਰੀ ਅਕਾਲ ਜੀ ਸਿਰਫ ਪੰਜਾਬੀ ਤੋਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਮੀਤ ਗੌਰ ਤੇ ਅੱਜ ਜਿਹੜੀ ਹੱਸੀ ਨੂੰ ਮੈਂ ਤੁਹਾਡੇ ਨਾਲ ਮਿਲਵਾਉਣ ਲੈ ਕੇ ਆਈ ਆਂ ਭਈ ਚਾਹੇ ਬੱਬੂ ਬੈਂਸ ਹੋਵੇ ਚਾਹੇ ਲਾਡੋ ਹੋਵੇ ਆਪਣੇ ਹਰ ਕਿਰਦਾਰ ਨਾਲ ਇਹਨਾਂ ਨੇ ਸਾਡੇ ਦਿਲਾਂ ਤੇ ਰਾਜ ਕਰਨਾ ਨਹੀਂ ਛੱਡਿਆ ਮੇਰੀ ਮੁਰਾਨੇ ਜੀ ਦਾ ਸੋਨਮ ਬਾਜਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਮੈਂ ਠੀਕ ਆ ਹਾਊ ਆਰ ਯੂ ਮੈਂ ਵੀ ਇੱਕਦਮ ਕੈਂਪ ਤੁਹਾਨੂੰ ਦੇਖ ਕੇ ਹੋਰ ਕੈਂਪ ਹੋ ਗਏ ਥੈਟਸ ਸੋ ਸਵੀਟ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਸੋਨਮ ਜੀ ਬਾਬੋ ਮੁਬਾਰਕਾ ਦਿਲ ਦੀਆਂ ਗੱਲਾਂ ਸੀਜ਼ਨ 2 ਆ ਰਿਹਾ ਸੀਜ਼ਨ 1 ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਸੀਜ਼ਨ 2 ਆ ਰਿਹਾ ਕਿਵੇਂ ਦੀ ਫੀਲਿੰਗ ਹੈ ਬਹੁਤ ਐਕਸਾਈਟਿਡ ਆ ਪਹਿਲੇ ਸੀਜ਼ਨ 'ਚ ਨਰਵਸਨੈਸ ਹੋਈ ਸੀ ਕਿਉਂਕਿ ਆਬਵੀਅਸਲੀ ਮੈਂ ਕਦੇ ਹੋਸਟ ਨਹੀਂ ਸੀ ਕੀਤਾ ਐਂਡ ਆਮ ਐਨ ਇੰਟਰਵਰਟ ਤੋਂ ਮੈਨੂੰ ਐ ਹੀ ਲੱਗਦਾ ਹੁੰਦਾ ਸੀ ਕਿ ਹਾਏ ਮੇਰੇ ਗੈਸਟ ਆਉਣਗੇ ਮੈਂ ਕਿੱਦਾਂ ਗੱਲਾਂ ਕਰੂੰਗੀ ਇੰਨੀਆਂ ਜ਼ਿਆਦਾ ਕਿੱਦਾਂ ਦਾ ਐਕਸਪੀਰੀਅੰਸ ਰਹੂਗਾ ਬਟ ਬਹੁਤ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇੰਨੇ ਲੋਕਾਂ ਬਾਰੇ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਜਾਣਨ ਦਾ ਮੌਕਾ ਮਿਲਿਆ ਤੇ ਆਪਣੀ ਪਰਸਨੈਲਿਟੀ 'ਚ ਵੀ ਮੈਨੂੰ ਥੋੜਾ ਜਿਹਾ ਚੇਂਜ ਹੀ ਦੇਖਿਆ ਕਿ ਆਈ ਫੀਲ ਮੋਰ ਕੌਨਫੀਡੈਂਟ ਨਾਊ ਹੁਣ ਮੈਨੂੰ ਜੇ ਕਿਸੇ ਨਾਲ ਪਹਿਲੀ ਵਾਰ ਵੀ ਮਿਲ ਰਹੀ ਆ ਤਾਂ ਮੈਨੂੰ ਇੰਟਰੈਕਟ ਕਰਨ 'ਚ ਪ੍ਰੋਬਲਮ ਨਹੀਂ ਹੁੰਦੀ। ਤੋਂ ਆਈ ਥਿੰਕ ਇਨ ਵੇ ਸ਼ੋ ਨੇ ਮੈਨੂੰ ਪਰਸਨਲੀ ਵੀ ਹੈਲਪ ਕੀਤਾ ਇਸ ਚੀਜ਼ ਦੇ ਨਾਲ ਬਾਕੀ ਬਹੁਤ ਸਾਰੀਆਂ ਸੋਹਣੀਆਂ ਖੂਬਸੂਰਤ ਅ ਮੈਮਰੀਜ਼ ਬਣਾਈਆਂ ਸ਼ੋਅ ਦੇ ਨਾਲ ਤਾਂ ਹੁਣ ਸੈਕੰਡ ਸੀਜ਼ਨ ਚ ਐਕਚੁਅਲੀ ਨਰਵਸਨੈਸ ਤਾਂ ਨਹੀਂ ਪਰ ਐਕਸਾਈਟਮੈਂਟ ਜ਼ਿਆਦਾ ਆ ਕਿ ਵਾਓ ਆਈਲ ਮੀਟ so many people ਬਾਕੀ ਲੋਕਾਂ ਨਾਲ ਗੱਲਾਂ ਹੋਣਗੀਆਂ ਉਹਨਾਂ ਦੀ ਲਾਈਫ ਬਾਰੇ ਜਾਣੂੰਗੀ ਕਿਸੇ ਤੋਂ ਕਿਉਂਕਿ ਕੁਝ ਸਿੱਖਣ ਨੂੰ ਮਿਲਦਾ ਹੈ ਕਿਸੇ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਦੇ ਆਲ ਸਾਰਿਆਂ ਦੀ ਬੜੀ ਇਨਸਪਾਇਰਿੰਗ ਜਰਨੀ ਰਹੀ ਆ ਤਾਂ ਐਥੀ ਬਾਈ ਗੋਡਸ ਗ੍ਰੇਸ ਨਰਵਸਨੈਸ ਕੱਟ ਤੇ ਐਕਸਾਈਟਮੈਂਟ ਜ਼ਿਆਦਾ ਆ ਅੱਛਾ ਸੀਜ਼ਨ 1 ਤੋਂ ਸੀਜ਼ਨ 2 ਦੇ ਵਿੱਚ ਤੁਹਾਨੂੰ ਸਭ ਤੋਂ ਵੱਡਾ ਡਿਫਰੈਂਸ ਕਿਹੜਾ ਦੇਖਣ ਨੂੰ ਮਿਲੇਗਾ ਸੀ ਦੇਖੋ ਦੇਖੋ 쇼 ਦੀ ਯੂਐਸਪੀ ਜਿਹੜੀ ਹੈਗੀ ਆ ਕਿ ਦਿਲ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਤੇ ਉਹ ਤਾਂ ਰਹਿਣਗੀਆਂ ਬਿਲਕੁਲ ਬਟ ਹੋਪਫੁਲੀ ਐਤ ਕੀ ਤੁਹਾਨੂੰ ਹੋਰ ਜ਼ਿਆਦਾ ਐਂਟਰਟੇਨਮੈਂਟ ਤੇ ਹੋਰ ਮੇਬੀ ਵੀ ਵਿਲ ਟ੍ਰਾਈ ਆਪਣੇ ਵੱਲੋਂ ਸੀ ਕੋਸ਼ਿਸ਼ ਕਰਾਂਗੇ ਟੂ ਗੋ ਡੀਪਰ ਉਹਨਾਂ ਦੇ ਦਿਲ ਦੀਆਂ ਗੱਲਾਂ ਡੂੰਘੇ ਰਾਸ ਕੜਵੋਣ ਲੈ ਕੇ ਆਈਏ ਤੇ ਕੋਸ਼ਿਸ਼ ਤੇ ਹੀ ਰਹੂਗੀ ਸੋ ਵੀ ਵਿਲ ਟ੍ਰਾਈ ਬਟ ਜੋ ਜਿਸ ਚੀਜ਼ ਕਰਕੇ ਲੋਕਾਂ ਨੇ ਸ਼ੋ ਨੂੰ ਇਨਾ ਪਿਆਰ ਦਿੱਤਾ ਕੀ ਹਰ ਤਰ੍ਹਾਂ ਦੇ इमोਸ਼ਨ ਦੇਖਣ ਨੂੰ ਮਿਲੂਗਾ ਵੀ ਲੋਕੀ ਆ ਕੇ ਹੱਸਦੇ ਵੀ ਆ ਉਹਨਾਂ ਦੀ ਅੱਖਾਂ 'ਚ ਹੰਝੂ ਵੀ ਆਉਂਦੇ ਆ ਇੱਕ ਬਹੁਤ ਹੌਲਸਮ ਐਕਸਪੀਰੀਅੰਸ ਆ ਯਾ ਹੌਲਸਮ ਲਾਈਕ ਇਹ ਤਾਂ ਲੋਕਾਂ ਨੇ ਕੌਂਪਲੀਮੈਂਟ ਦਿੱਤਾ ਆਪਦੇ ਮੂੰਹ ਬੰਦਾ ਚੰਗਾ ਨਹੀਂ ਲੱਗਦਾ ਆਪਣੇ ਸ਼ੋਹ ਦੀ ਤਰੀਫਾ ਕਰਦੇ ਨਹੀਂ ਲੇਕਿਨ ਸੱਚੀ ਲੋਕਾਂ ਨੇ ਆ ਕੇ ਕਿਹਾ ਕਿ ਇਟਸ ਅ ਹੌਲਸਮ ਸ਼ੋ ਕਿ ਜਿੱਥੇ ਯੂ نو ਤੁਸੀਂ ਐਂਟਰਟੇਨਮੈਂਟ ਵੀ ਕਰਦੇ ਹੋ ਅਸੀਂ ਗੇਮਸ ਖੇਡਦੇ ਆ ਫਨ ਕਰਦੇ ਆ ਹੱਸਦੇ ਆ ਮਜ਼ਾਕ ਕਰਦੇ ਆ ਤਾਂ ਕੁਝ ਬਹੁਤ ਡੂੰਘੀਆਂ ਡੀਪ ਤੇ ਬਹੁਤ मीनिंगफुल ਗੱਲਾਂ ਵੀ ਹੁੰਦੀਆਂ ਆ ਜੀ ਤਾਂ ਆਈ ਥਿੰਕ ਦੈਟਸ ਅ ਪਰਫੈਕਟ ਕੰਬੀਨੇਸ਼ਨ ਬਿਲਕੁਲ ਬਿਲਕੁਲ ਅੱਛਾ ਦਿਲ ਦੀਆਂ ਗੱਲਾਂ ਦਾ ਸੋਨਮ ਬਾਜਵਾ ਤੁਸੀਂ ਹੋਸਟ ਕਰ ਰਹੇ ਹੋ ਤੇ ਜੇਕਰ ਤੁਸੀਂ ਲਾਈਕ ਐਜ਼ ਅ ਸੈਲੈਬ੍ਰਿਟੀ ਜਾਓ ਤੇ ਦਿਲ ਦੀਆਂ ਗੱਲਾਂ ਕੋਈ ਹੋਰ ਹੋਸਟ ਕਰ ਰਿਹਾ ਹੋਵੇ ਤਾਂ ਤੁਸੀਂ ਕੀ ਨੂੰ ਇਮੇਜਿਨ ਕਰਦੇ ਹੋ ਕਿ ਤੁਹਾਡੀ ਜਗ੍ਹਾ ਕੋਈ ਹੋਸਟ ਕਰ ਰਿਹਾ ਹੋ ਸਕਦਾ ਆ ਪਤਾ ਨਹੀਂ ਕੌਣ ਹੋਸਟ ਕਰ ਰਿਹਾ ਹੁੰਦਾ ਲੇਕਿਨ ਆਈ ਕੈਨਟ ਬਿਕਾਜ਼ ਦਿਲਜੀਤ ਇਜ਼ ਆਲਸੋ ਐਨ ਇੰਟਰਵਰਟ ਬਹੁਤ ਨਾ ਕੰਮ ਕੀਤਾ ਹੈ ਹੀ ਇਸ ਤਾਂ ਮੈਂ ਦੇਖਣਾ ਚਾਹੂੰਗੀ ਕਿ ਉਹ ਐਜ਼ ਅ ਹੋਸਟ ਕਿਵੇਂ ਕਰਦੇ ਕਿਉਂਕਿ ਉਹ ਬਹੁਤ ਫਨ ਇਨਸਾਨ ਆ ਜਿੱਦਾਂ ਉਹਨਾਂ ਦੀ ਤੁਸੀਂ ਕੁਕਿੰਗ ਦੀ ਵੀਡੀਓਜ਼ ਦੇਖੋ ਜਾਂ ਜੋ ਵੀ ਆ ਲਾਈਕ ਉਹ ਤੁਹਾਨੂੰ ਬਹੁਤ ਐਂਟਰਟੇਨ ਕਰਦੇ ਆ ਤਾਂ ਮੈਂ ਐਕਚੁਅਲੀ ਦੇਖਣਾ ਜਾਉਂਗੀ ਕਿ ਦਿਲਜੀਤ ਐਜ਼ ਅ ਹੋਸਟ ਦੇ ਕਿਰਦਾਰ ਦੇ ਵਿੱਚ ਕਿੱਦਾਂ ਯੂ نو ਦਿਖਦੇ ਆ ਸਾਨੂੰ ਕਿੱਦਾਂ ਕਰਦੇ ਆ ਐਂਡ ਆਮ ਸ਼ੋਰ ਹੀ ਵਿਲ ਡੂ ਅ ਵੈਰੀ ਵੰਡਰਫੁਲ ਜੌਬ ਬਟ ਆਈ ਥਿੰਕ ਵਧੀਆ ਲੱਗੂਗਾ ਵਧੀਆ ਲੱਗਣਗੇ ਹਣਾ ਮੈਂ ਵੀ ਇਮੇਜਿਨ ਕਰ ਰਹੀ ਆ ਨਾਲ ਨਾਲ ਕਿ ਉਹ ਕਿਵੇਂ ਹੋਸਟ ਕਰ ਰਹੇ ਆ ਯਾ ਅੱਛਾ ਵੈਸੇ ਤਾਂ ਹਰ ਇੱਕ ਇੰਟਰਵਿਊ ਬਹੁਤ ਸਪੈਸ਼ਲ ਈ ਸਾਰੇ ਐਪੀਸੋਡ ਹੀ ਦਿਲਦਿਆਂ ਗੱਲਾਂ ਦੇ ਬਟ ਐਓ ਜੀ ਕਿਹੜੀ ਲਾਈਕ ਕਿਹੜਾ ਐਪੀਸੋਡ ਆ ਜਿਹੜਾ ਤੁਹਾਡੇ ਲਈ ਤੁਸੀਂ ਸਾਰੀ ਲਾਈਫ ਨਹੀਂ ਭੁੱਲ ਸਕਦੇ ਅਜੇ ਕਿਹੜੇ ਸੈਲਿਬ੍ਰਿਟੀ ਦੀ ਇੰਟਰਵਿਊ ਤੁਸੀਂ ਕੀਤੀ ਅ ਦੇਖੋ ਹਲੇ ਸੈਕਿੰਡ ਸੀਜ਼ਨ ਦੇ ਤਾਂ ਸੀ ਇੰਟਰਵਿਊਜ਼ ਕਰ ਰਹੇ ਆ ਹਲੇ ਦੋ ਹੀ ਇੰਟਰਵਿਊਜ਼ ਹੋਇਆ ਹਲੇ ਹੋਣੇ ਆ ਹਾਂਜੀ ਲੇਕਿਨ ਫਰਸ ਸੀਜ਼ਨ ਦਾ ਸਭ ਤੋਂ ਸਪੈਸ਼ਲ ਆਫਕੋਰਸ ਸਿੱਧੂ ਦਾ ਹੀ ਰਹੂਗਾ ਕਿਉਂਕਿ ਬਹੁਤ ਸਾਰੇ ਗੈਸਟ ਦੁਬਾਰਾ ਵੀ ਆ ਸਕਦੇ ਆ ਯੂ نو ਉਹਨਾਂ ਨੂੰ ਮਿਲ ਸਕਦੇ ਬਟ ਉਹ ਮੌਕਾ ਕਦੇ ਵੀ ਦੁਬਾਰਾ ਨਹੀਂ ਮਿਲਣਾ ਸੋ ਜਦੋਂ ਵੀ ਪਿੱਛੇ ਮੁੜ ਕੇ ਦੇਖਦੀ ਆ ਤਾਂ ਇਹ ਲੱਗਦਾ ਕਿ ਵਾਓ ਹਾਊ ਬlesਟ ਆਈ ਵਾਸ ਹਾਊ ਲੱਕੀ ਆਈ ਵਾਸ ਕਿ ਮੈਂ ਉਹ ਮੂਮੈਂਟਸ ਤੇ ਜਾਂ ਉਹ ਟਾਈਮ ਜਿੰਨਾ ਵੀ ਖੈਰ ਸਿੱਧੂ ਦੇ ਨਾਲ ਟਾਈਮ ਸਪੈਂਡ ਕੀਤਾ ਆ ਬਟ ਉਹ ਐਪੀਸੋਡ ਤਾਂ ਹਮੇਸ਼ਾ ਸਭ ਤੋਂ ਜ਼ਿਆਦਾ ਹੀ ਹਮੇਸ਼ਾ ਹੀ ਸਪੈਸ਼ਲ ਰਹੋਗਾ ਮੇਰੇ ਲਈ ਅੱਛਾ ਸੋ ਹਮ ਕਦੇ ਐਦਾ ਹੋਇਆ ਕਿ ਲਾਈਕ ਸ਼ੋ ਦੇ ਕਰਕੇ ਤੁਸੀਂ ਮੂਵੀ ਨੇ ਜਾਂ ਡੇਟਸ ਪੋਸਟਪੋਨ ਕੀਤੇ ਹੁਣ ਹਾਂ ਹਾਂ ਐਤਕੀ ਵੀ ਹੋਇਆ ਐਤਕੀ ਵੀ ਹੋਇਆ ਯਾਰ ਸ਼ੋਅ ਦੇ ਲਈ ਸਾਨੂੰ ਡੀਪਸ ਫਿਲਮ ਦੀਆਂ ਅੱਗੇ ਕਰਨੀਆਂ ਪਈਆਂ ਥੋੜੀਆਂ ਜੀਆਂ ਅੱਛਾ ਹਰ ਇੰਟਰਵਿਊ ਤੋਂ ਬਾਅਦ ਕਾਫੀ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਜੀ ਪਰ ਕੋਈ ਅਨਐਕਸਪੈਕਟਿਡ ਚੀਜ਼ ਜਿਹੜੀ ਤੁਸੀਂ ਲਾਈਕ ਤੁਹਾਨੂੰ ਐਦਾਂ ਹੋਵੇ ਕਿ ਨਹੀਂ ਕਿ ਵਾਓ ਚੀਜ਼ ਜਿਹੜੀ ਤੁਹਾਨੂੰ ਸਿੱਖਣ ਨੂੰ ਮਿਲੀ ਹੋਵੇ ਸ਼ੋਅ 'ਚ ਮਤਲਬ ਮੈਂ ਜਦੋਂ ਲੋਕਾਂ ਦੀ ਕਹਾਣੀ ਸੁਣਦੀ ਹਾਂ ਹਨਾ ਉਦੋਂ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਕਿਕ ਆਰਟਿਸਟ ਦੀ ਜਰਨੀ ਜਾਂ ਜਾਂ ਪਤਾ ਨਹੀਂ ਕਿਸੇ ਦੀ ਸਕਸੈਸ ਸਟੋਰੀ ਸੁਣ ਕੇ ਨਾਟ ਸਿਰਫ ਕੀ ਉਹਦੇ ਕੋ ਕਿੰਨਾ ਪੈਸਾ ਆ ਗਿਆ ਜਾਂ ਕਿੰਨੇ ਨੰਬਰ ਆਫ ਵਿਊਜ਼ ਹੋਈ ਆ ਫਿਲਮ ਕਿੰਨੀ ਹਿੱਟ ਹੋਈ ਐਜ਼ ਅ ਇਨਸਾਨ ਉਹਨਾਂ ਦੀ ਜਰਨੀ ਦੇਖ ਕੇ ਨਾ ਬਹੁਤ ਹੀ ਦਿਲ ਨੂੰ ਇੱਕ ਖੁਸ਼ੀ ਮਹਿਸੂਸ ਹੁੰਦੀ ਆ ਔਰ ਐ ਲਾਦਾ ਆ ਕਿ ਯਾਰ ਹਰ ਇੱਕ ਦੀ ਜਰਨੀ ਤੋਂ ਨਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਦੋਂ ਵੀ ਮੈਂ ਕਿਸੇ ਦੀ ਕਹਾਣੀ ਸੁਣਦੀ ਆ ਉਹਨਾਂ ਦੇ ਜਦੋਂ ਪੈਰੈਂਟਸ ਉਹਨਾਂ ਬਾਰੇ ਬੋਲਦੇ ਆ ਯਾਰ ਦੋਸਤ ਉਹਨਾਂ ਦੇ ਬਾਰੇ ਬੋਲਦੇ ਉਹਨਾਂ ਦੀ ਚੀਜ਼ਾਂ ਦੱਸਦੇ ਆ ਤਾਂ ਯਾਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਐਦਾਂ ਲੱਗਦਾ ਹੈ ਕਿ ਯਾਰ ਕਿਉਂਕਿ ਕਦੇ-ਕਦੇ ਨਾ ਜੋ ਤੁਸੀਂ ਆਪਣੀ ਲਾਈਫ 'ਚ ਇੰਨੇ ਬਿਜ਼ੀ ਹੁੰਦੇ ਹੋ ਤੁਹਾਡੀ ਲਾਈਫ 'ਚ ਕੋਈ ਪ੍ਰੋਬਲਮ ਆ ਜਾਏ ਹਰ ਇੱਕ ਇਨਸਾਨ ਨੂੰ ਇਹ ਲੱਗਦਾ ਕਿ ਮੇਰੇ ਨਾਲ ਜੋ ਹੋਇਆ ਨਾ ਉਹ ਸਭ ਤੋਂ ਵੱਡਾ ਟ੍ਰੈਜੇਡੀ ਹੈ ਨਾ ਜੋ ਤੁਸੀਂ ਦੂਜਿਆਂ ਦੀ ਕਹਾਣੀ ਸੁਣਦੇ ਹੋ ਨਾ ਫਿਰ ਤੁਹਾਨੂੰ ਲੱਗਦਾ ਕਿ ਯਾਰ ਤੁਹਾਡੀ ਗੱਲ ਤਾਂ ਬਹੁਤ ਛੋਟੀ ਸੀ ਜਾਂ ਕਦੇ-ਕਦੇ ਵੀ ਲੱਗਦਾ ਕਿ ਓਕੇ ਯੂ نو ਯੂ ਆਰ ਨਾਟ ਅਲੋਨ ਹੂ ਫੇਸ ਥਿਸ ਤਾਂ ਥੋੜੀ ਹਿੰਮਤ ਨਹੀਂ ਮਿਲਦੀ ਆ ਥੋੜਾ ਸਹਾਰਾ ਵੀ ਮਿਲਦਾ ਮੋਟੀਵੇਸ਼ਨ ਵੀ ਮਿਲਦੀ ਆ ਤੋਂ ਬੜੇ ਸਾਰੇ ਇਮੋਸ਼ਨਸ ਫੀਲ ਹੁੰਦੇ ਆ ਉਦੋਂ ਔਰ ਜਿਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਵਰਡਸ ਦੇ ਵਿੱਚ ਕਹਿਣਾ ਵੀ ਬੜਾ ਔਖਾ ਆ ਐਂਡ ਜਦੋਂ ਦੇਖੋ ਕਿ ਯਾਰ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਇੰਨਾ ਸਭ ਹੋਣ ਦੇ ਬਾਅਦ ਭੁਜੂਦ ਕਿਸ ਕਈਆਂ ਦੀ ਕਹਾਣੀ ਹੁਣ ਮੈਂ ਰਿਵੀਲ ਨਹੀਂ ਕਰੂੰਗੀ ਤੋ ਤੁਹਾਡਾ ਸਰਪ੍ਰਾਈਜ਼ ਹੋਊਗਾ ਉਹ ਇੱਕ ਐਕਟਰ ਦੀ ਲਾਈਫ ਦੇਖੋ ਇੱਕ ਨਾਰਮਲ ਜੌਬ 'ਚ ਆ ਮੋਸਟ ਆਫ ਦਾ ਟਾਈਮਸ ਨਾਟ ਆਲਵੇਸ ਲੇਕਿਨ ਤੁਹਾਡੇ ਫੈਮਿਲੀ 'ਚ ਕੋਈ ਟ੍ਰੈਜੇਡੀ ਹੋ ਜੇ ਸਮ ਲਵਡ ਵਨ ਹੈਸ ਪਾਸਡ ਅਵੇ ਤੁਸੀਂ 10 15 ਦਿਨ ਦੀ ਛੁੱਟੀ ਲੈ ਸਕਦੇ ਹੋ ਹੈਨਾ ਤੁਹਾਡੇ ਲਈ ਰਿਪਲੇਸ ਕਰਕੇ ਕੋਈ ਹੋਰ ਆ ਸਕਦਾ ਇੱਕ ਐਕਟਰ ਤੁਸੀਂ ਜਾਂ ਤਾਂ ਪੂਰੀ ਫਿਲਮ ਤੋਂ ਰਿਪਲੇਸ ਹੋ ਜਾਓਗੇ ਅਗਰ ਤੁਸੀਂ ਆਲਰੇਡੀ ਅੱਧਾ ਫਿਲਮ 'ਚ ਕੰਮ ਕਰ ਲਿਆ ਆ ਦੈਨ ਯੂ ਕੈਨਟ ਬੀ ਰਿਪਲੇਸ ਕਿਉਂਕਿ ਤਾਂ ਪੂਰੀ ਫਿਲਮ ਦੀ ਉਹ ਹਿੱਲ ਜੂਗੀ ਹੈਨਾ ਤਾਂ ਇਦਾਂ ਵੀ ਹੋਇਆ ਵੀ ਕਿ ਕਿਸ ਸਮਵਨਸ ਮਦਰ ਪਾਸਡ ਅਵੇ ਬਟ ਹੱਲੇ ਪਾਠ ਪੂਜਾ ਹੋਇਆ ਤੇ ਪਰਸਨ ਫਲਾਈਟ ਬੋਰਡ ਕਰਕੇ ਕੰਮ ਕਰਨ ਗਿਆ ਦਿਲ ਨਹੀਂ ਹੈਗਾ ਲੇਕਿਨ ਤੁਹਾਨੂੰ ਮਜਬੂਰੀ ਹੈ ਬਿਕਾਜ਼ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਉਸ ਚੀਜ਼ ਨਾਲ ਜੁੜਿਆ ਆ ਤੁਸੀਂ ਅੱਧੀ ਫਿਲਮ ਸ਼ੂਟ ਕਰ ਚੁੱਕੇ ਹੋ ਤੇ ਉਦੋਂ ਇਹ ਦੇਖ ਕੇ ਲੱਗਦਾ ਕਿ ਐਂਡ ਆਮ ਸੋ ਹੈਪੀ ਕਿ ਫੈਨਸ ਨੂੰ ਵੀ ਇਹ ਸਭ ਕੁਝ ਐਕਸਪੀਰੀਅੰਸ ਕਰਨ ਦਾ ਮੌਕਾ ਮਿਲਦਾ ਥਰੂ ਦ ਸ਼ੋ ਬਿਕਾਜ਼ ਬਾਕੀ ਬਾਰੋਂ ਬਹੁਤ ਚਮਕ ਧਮਕ ਗਲੈਮਰ ਅਲੱਗਾ ਹੈ ਕਿ ਸ਼ਾਇਦ ਹੈਨਾ ਵਾਓ ਲੱਗਦਾ ਹੈ ਬਟ ਇਹਦੇ ਨਾਲ ਜੋ ਚੈਲੰਜਸ ਵੀ ਆਉਂਦੇ ਆ ਸੋ ਹੈਟਸ ਆਫ ਟੂ ਆਲ ਦੋਸ ਆਰਟਿਸਟ ਜਿਨ੍ਹਾਂ ਨੇ ਕਦੇ ਵੀ ਪਰਸਨਲ ਲਾਸ ਫੇਸ ਕੀਤਾ ਹੋਵੇ ਐਕਸਪੀਰੀਅੰਸ ਕੀਤਾ ਹੋਵੇ ਜਾਂ ਕੋਈ ਵੀ ਚੀਜ਼ ਬਟ ਉਹ ਕੰਮ ਤੇ ਗਏ ਔਰ ਇੱਕ ਸਮਾਈਲ ਦੇ ਨਾਲ ਉਹਨਾਂ ਨੇ ਕੰਮ ਕੀਤਾ ਔਰ ਕਿਸੇ ਨੂੰ ਸ਼ਾਇਦ ਪਤਾ ਵੀ ਨਹੀਂ ਲੱਗਾ ਬਿਲਕੁਲ ਸੋ ਚਿਹਰੇ ਤੋਂ ਦਿਖਾ ਨਹੀਂ ਦਿੱਤਾ ਚੀਜ਼ਾਂ ਸ਼ੋਅ ਤੇ ਕਾਫੀ ਪਤਾ ਚੱਲੀਆਂ ਅਮ ਐਂਡ ਆਈ ਐਂਡ ਆਈ ਸੋ ਐਂਡ ਆਈ ਫੈਲਟ ਕੀਆ ਯੂ نو ਇਦਾਂ ਹੋਇਆ ਹੋਇਆ ਮਤਲਬ ਮੇਰੇ ਨਾਲ ਵੀ ਦੇ ਦੇ ਵਰ ਫੈਮ ਦੇ ਵਾਸ ਸਮ ਇਮਰਜੈਂਸੀ ਲੇਕਿਨ ਵੀ ਮੈਂ ਸ਼ੂਟ ਤੇ ਸੀ ਮੈਂ ਘਰ ਨਹੀਂ ਸੀ ਜਾ ਸਕਦੀ ਤੇ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਦੇ ਡਿਪੈਂਡੈਂਟ ਆ ਤੁਸੀਂ ਛੁੱਟੀ ਲੈ ਕੇ ਚੱਲ ਗਏ ਤਾਂ ਸੈਟ ਖੜਾ ਆ ਪੂਰੀ ਯੂਨਿਟ ਖੜੀ ਆ ਔਰ ਪੰਜਾਬੀ ਹੱਲੇ ਇੰਡਸਟਰੀ ਨਹੀਂ ਵੱਡੀ ਨਹੀਂ ਆ ਕਿ ਤੁਸੀਂ ਕਹੋ ਚਲੋ ਜੀ 10 ਦਿਨ ਡ੍ਰੈਪ ਪੈਕ ਅਪ ਕਰਦੇ ਆ ਸਭ ਆਪਣੇ ਘਰਾਂ ਨੂੰ ਜਾਓ ਫਿਰ 10 ਦਿਨ ਬਾਅਦ ਆਉਂਗੇ ਲੋਟ ਆਫ ਮਨੀ ਇਨਵੋਲਵ ਸੋ ਯਾ ਫਰੈਨਿਕ ਕੁਐਸਚਨ ਕਿਧਰੋਂ ਕਿਧਰ ਚੱਲ ਗਿਆ ਲੇਕਿਨ ਬੜਾ ਕੁਝ ਬੜਾ ਕੁਝ ਰੀਅਲਾਈਜ਼ ਹੁੰਦਾ ਹੈ ਸ਼ੋਅ ਦੇ ਦੌਰਾਨ ਸੈਂਕਿ ਆਈ ਥਿੰਕ ਪਿਛਲੀ ਵਾਰ ਤਾਂ ਸਿਰਫ ਸਿੰਕਿੰਗ ਕਰ ਰਿਹਾ ਸੀ ਸਿੱਖ ਵੀ ਰਹੀ ਸੀ ਨਰਵਸਨੈਸ ਬੜੀ ਹੁੰਦੀ ਸੀ ਮੈਨੂੰ ਕਿ ਯਾਰ ਮੈਂ ਕੀ ਕਰ ਰਹੀ ਹਾਂ ਐਸ ਅ ਹੋਸਟ ਬਿਕਾਜ਼ ਮੈਂ ਉਦਾਂ ਗੱਲ ਨਹੀਂ ਕਰਦੀ ਟਿਪਿਕਲੀ ਲਾਈਕ ਅ ਹੋਸਟ ਜੋ ਲੋਕੀ ਇਮੇਜਿਨ ਕਰਦੇ ਆ ਦੇਖਦੇ ਆਈ ਵਾਸ ਜਸਟ ਬੀਇੰਗ ਮਾਈਸੈਲਫ ਤਾਂ ਮੈਨੂੰ ਇਹ ਵੀ ਸੀ ਕਿ ਲੋਕੋ ਲੋਕਾਂ ਨੂੰ ਪਤਾ ਨਹੀਂ ਉਹ ਪਸੰਦ ਵੀ ਆਊਗਾ ਨਹੀਂ ਤਾਂ ਜਦੋਂ ਹੁਣ ਆਇਆ ਤਾਂ ਹੁਣ ਮੇਰਾ ਫੋਕਸ ਸਾਰੇ ਹੁੰਦਾ ਯੂਜੂਲੀ ਕਿ ਆਈ ਏਮ ਵੈਰੀ ਐਕਸਾਈਟਿਡ ਟੂ ਮੀਟ ਦ ਗੈਸਟ ਕੀ ਅਰਚਾ ਇਹਨਾਂ ਦੇ ਬਾਰੇ ਕੀ জানੂਗੀ ਜਾਂ ਇਹਨਾਂ ਦੇ ਨਾਲ ਅੱਜ ਯੂ نو ਇਦਾਂ ਗੇਮਸ ਦੇ ਵਿੱਚ ਫਨ ਹੋਊਗਾ ਸੋ ਫੋਕਸ ਸਾਰਾ ਉੱਧਰ ਚਲ ਜਾਂਦਾ ਆ ਜੀ ਹੁਣ ਤੱਕ ਦੀ ਸਭ ਤੋਂ ਮਜ਼ੇਦਾਰ ਇੰਟਰਵਿਊ ਲਾਈਕ ਬਹੁਤ ਜ਼ਿਆਦਾ ਜੀਚ ਤੁਸੀਂ ਹੱਸੇ ਹੋ ਮੋ ਉਹ ਕਿਹੜੀ ਰਹੀ ਬਹੁਤ ਸਾਰੀਆਂ ਬਹੁਤ ਸਾਰੀਆਂ ਬਟ ਮੈਨੂੰ ਹਾਲੇ ਦੇਖੋ ਸੀਜ਼ਨ 2 ਦਾ ਆਪਾਂ ਸ਼ੂਟ ਕਰਨਾ ਹੈ ਸੀਜ਼ਨ 1 ਲੇਕਿਨ ਸੀਜ਼ਨ 1 ਦੇ ਵਿੱਚ ਜਿਹੜਾ ਜਾਰਡਨ ਤੇ ਅਮਰਿਤ ਦਾ ਆ ਐਪੀਸੋਡ ਕਿਉਂਕਿ ਅਮਰਿਤ ਦੀ ਨਾ ਇਮੇਜ ਵੀ ਇਦਾਂ ਹੀ ਮੈਨੂੰ ਮੈਂ ਕਦੇ ਮਿਲੀ ਨਹੀਂ ਸੀ ਸ਼ੋਅ ਤੋਂ ਪਹਿਲਾਂ ਤਾਂ ਮੈਨੂੰ ਹਮੇਸ਼ਾ ਹੀ ਲੱਗਦਾ ਸੀਗਾ ਕਿ ਹੀ ਇਜ਼ ਵੈਰੀ ਸੀਰੀਅਸ ਕਾਈਂਡ ਆਫ ਅ ਪਰਸਨ ਮੇਬੀ ਐਦਾਂ ਦੇ ਜੋ ਜ਼ਿਆਦਾ ਗੱਲ ਨਹੀਂ ਕਰਦੇ ਬਟ ਹੀ ਇਜ਼ ਵੈਰੀ ਆਪੋਜ਼ਿਟ ਹੀ ਇਜ਼ ਵੈਰੀ ਸੌਫਟ ਸਪੋਕਨ ਔਰ ਇੰਨੇ ਮਜ਼ਾਕੀਆ ਨੇ ਔਰ ਉਹ ਮਿਮਿਕਰੀ ਬਹੁਤ ਵਧੀਆ ਕਰਦੇ ਆ ਤੇ ਉਹਨਾਂ ਨੇ ਕੀਤੀ ਮਿਮਿਕਰੀ ਐਮੀ ਦੀ ਹੂ ਬਹੂ ਸੋ ਅਸੀਂ ਉਹ ਦਿਨ ਇੰਨਾ ਹੱਸੇ ਕਿ ਸੱਚੀ ਮੇਰਾ ਤਾਂ ਆ ਮੂੰਹ ਦੇ ਪੂਰੇ ਮਸਲਸ ਜਿਹੜੇ ਆ ਨਾ ਇਹ ਦੁਖਦੇ ਸੀਗੇ ਅਗਲੇ ਦਿਨ ਸੋ ਇਟ ਵਾਸ ਬਹੁਤ ਹਾਸੇ ਅਸੀਂ ਕਾਫੀ ਇਵਨ ਮੈਨੂੰ ਯਾਦ ਆ ਮਿਲਨ ਗਾਵਾ ਗੁਰਨਜ਼ਰਨ 인ਦਰ ਉਹ ਤਿੰਨ ਮੁੰਡੇ ਜਦੋਂ ਆਏ ਸੀ ਉਹ ਤਾਂ ਚੁੱਪੀ ਨਾ ਕਰਨ ਮੈਨੂੰ ਬੋਲਣ ਹੀ ਨਾ ਦੇਣ ਐਂਡ ਇਟ ਵਾਸ ਪਿਓਰ ਮੈਡਨੈਸ ਮੈਨੂੰ ਸੱਚੀ ਜਿਹਦਾ ਕਲਾਸ ਦੀ ਮੋਨਿਟਰ ਨਹੀਂ ਹੁੰਦੀ ਕਿ ਉਹਨੂੰ ਚੁੱਪ ਕਰਾਉਣਾ ਪਿਆ ਕਿ ਯੂ ਕਾਂਟ ਸਪੀਕ 올 ਆਫ ਯੂ ਯੂ ਹਵ ਟੂ ਵਨਟ ਐਕਸਾਈਟਮੈਂਟ ਹੋਣੀ ਹੈ ਪਤਨੀ ਨੂੰ ਬੋਲਣੀ ਨਾ ਦੇਣ ਉਹ ਤਾਂ ਆਪਸ ਵਿੱਚ ਹੀ ਨਾ ਉਹਨਾਂ ਨੇ ਗਾ ਪਾਇਆ ਸੋ ਲਾਈਕ ਯਾ ਦੇ ਵਰ ਵੈਰੀ ਡਿਫਿਕਲਟ ਫॉर ਮੀ ਟੂ ਕੰਟਰੋਲ ਐਂਡ ਕਾਮ ਕਿ ਅੱਛਾ ਹੁਣ ਆਪਾਂ ਸ਼ੋ ਕੰਟੀਨਿਊ ਕਰੀਏ ਤਾਂ ਪੂਰਾ ਸੋ ਯਾ ਸਾਰੇ ਅਪਸੋਰਸ ਵਿੱਚ ਮਜ਼ਾ ਆਇਆ ਲੇਕਿਨ ਇਹ ਦੋ ਖਾਸ ਮੈਨੂੰ ਯਾਦ ਆ ਰਿਹਾ ਕਿ ਬਹੁਤ ਔਰ ਐਮੀ ਤਾਂ ਫਰੈਂਡਾਂ ਚਲੋ ਪਰ ਐਮੀ ਦੇ ਨਾਲ ਵੀ ਬਹੁਤ ਮਸਤੀ ਹੋਈ ਔਰ ਸਾਰੇ ਸਪੈਸ਼ਲ ਸੀ ਪਰ ਹਾਸਾ ਤਾਂ ਆਈ ਥਿੰਕ ਆ ਦੋਚ ਇਹ ਦੋਚ ਮੈਨੂੰ ਸਭ ਤੋਂ ਜ਼ਿਆਦਾ ਆਇਆ ਜੀ ਅੱਛਾ ਸੀਜ਼ਨ 2 ਤਾਂ ਵੈਸੇ ਸਾਡੇ ਸਭ ਲਈ ਸਰਪ੍ਰਾਈਜ਼ ਹੈ ਬਟ ਕੋਈ ਐਦਾਂ ਦਾ ਹੈ ਲਾਈਕ ਜਿਹਦੀ ਇੰਟਰਵਿਊ ਲਈ ਬਹੁਤ ਐਕਸਾਈਟਡ ਹੋ ਸੀਜ਼ਨ 2 ਚ ਇਹ ਮੈਂ ਹਲੇ ਕੁਝ ਵੀ ਰਿਵੀਲ ਨਹੀਂ ਕਰੂੰਗੀ ਸਰਪ੍ਰਾਈਜ਼ ਹੀ ਰਹੇਗਾ ਹਾਂ ਗੈਸਟ ਰਿਲੇਟਡ ਬਟ ਆਈ ਥਿੰਕ ਸਾਰੇ ਗੈਸਟ ਜਿਹੜੇ ਨੇ ਲਾਈਕ ਬਹੁਤ ਜਿਨ੍ਹਾਂ ਦੀ ਲੋਕੀ ਜਿਨ੍ਹਾਂ ਨੂੰ ਬਹੁਤ ਪਿਆਰ ਕਰਦੇ ਆ ਐਡਮਾਇਰ ਕਰਦੇ ਉਹਨਾਂ ਦਾ ਕੰਮ ਔਰ ਕਈਆਂ ਨੇ ਤਾਂ ਬਹੁਤ ਜ਼ਿਆਦਾ ਇੰਟਰਵਿਊਜ਼ ਵੀ ਨਹੀਂ ਦਿੱਤੇ ਸੋ ਇਟ ਵਿਲ ਬੀ ਨਾਈਸ ਕੀ ਕਿ ਤੁਸੀਂ ਉਹਨਾਂ ਦੀ ਲਾਈਫ ਸਾਹਮਣੇ ਲੈ ਕੇ ਆਉਂਗੇ ਜਾਂ ਕੀ ਵੀ ਸਾ ਲੋਕੀ ਉਹਨਾਂ ਦੇ ਫੈਨਸ ਲਈ ਵਧੀਆ ਹੈ ਹੈਨਾ ਕਿ ਦੇਖਣਗੇ ਉਹਨਾਂ ਦੀ ਜਰਨੀ ਅ ਫਰਸਟ ਇੰਟਰਵਿਊ ਕਿਦਾ ਹੋਣ ਜਾ ਫਰਸਟ ਇੰਟਰਵਿਊ ਜਿਹੜਾ ਟੈਲੀਕਾਸਟ ਹੋਗਾ ਉਹ ਹੋਗਾ ਆਪਾਰਸ਼ਕਤੀ ਖੁਰਾਨਾ ਤੇ ਸਨੀ ਸਿੰਘ ਦਾ ਓਕੇ ਹਾਂਜੀ ਬਾਕੀ ਤਾਂ ਹਲੇ ਲਾਈਨ ਅਪ ਹੋ ਰਿਹਾ ਸੋ ਆਈ ਡੋਨਟ ਨੋ ਕਿਹੜਾ ਕਦੋਂ ਪਲੇ ਹੋਗਾ ਬਟ ਸਨੀ ਸਿੰਘ ਬਟ ਅਸੀਂ ਸੀਰੀਅਸਲੀ ਅਸੀਂ ਸਭ ਬਹੁਤ ਜ਼ਿਆਦਾ ਐਕਸਾਈਟਡ ਆ ਥੈਂਕ ਯੂ ਔਰ ਦਿਲ ਦੀਆਂ ਗੱਲਾਂ ਜਾਣਨ ਲਈ ਇਹ ਸੀਗੇ ਸਾਡੇ ਸਵਾਲ ਤੇ ਹੁਣ ਆਪਣਾ ਗੇਮਿੰਗ ਰਾਉਂਡ ओके okay. सब तो फर्स्ट है रैपिड फायर राउंड ये okay. तुम्हें फटाफट जवाब देने हैं जितना फास्ट हो सके ठीक है फेवरेट मूवी मेरी या कोई भी एनीथिंग एनीवेयर कोई भी uh, मेरी चलो तो मैं मेरी बोलती हूं पंजाब 1984 wow. सब तो इंटरेस्टिंग थिंग in your handbag everything is interesting in my handbag pata main apne handbag ch kitna kuch carry kardi ha bahut bhara honda lekin sariyan kaam diyan cheezan mere bag ch hundiyan sari tadda assi dekhi si oh youtube te video acha अच्छा तोडा शेयर की ऐसे किसने अब उनी में याद बट तुसी काफी कुछ लाइक तोडे पास जो काफी कुछ यस 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 सोचो मेरे बैग जो कैमरा मेकअप तोडा सब कुछ खान दा सब कुछ मेरे पास प्रोटीन बार आयरन मेंबर प्रोटीन बार कभी भी भूख लग फेवरेट ऐप फेवरेट ऐप Instagram सुन रही सी सो मेरे माइंड जो ही आ रहा छल्ला ऑल टाइम फेवरेट दा ਬੈਸਟ ਪਲੇਸ ਯੂ ਐਵਰ ਵਿਜ਼ਿਟਡ ਇਟਲੀ ਬੈਸਟ ਡਿਸ਼ ਟਿਲ ਡੇਟ ਮੈਨੂੰ ਸਾਰਾ ਪੰਜਾਬੀ ਫੂਡ ਬਹੁਤ ਪਸੰਦ ਆ ਹੁਣ ਇਹ ਦੇਖੋ ਤੁਸੀਂ ਗਵਾਓ ਤੁਹਾਡੇ ਸਾਹਮਣੇ ਛੋਲੇ ਭਟੂਰੇ ਛੋਲੇ ਭਟੂਰੇ ਖਾਦੇ ਤੇ ਮੈਨੂੰ ਪੰਜਾਬੀ ਦੇਸੀ ਫੂਡ ਬਹੁਤ ਪਸੰਦ ਆ ਦੇਸੀ ਫੂਡ ਵਰਗਾ ਤੇ ਚਾਹ ਵਰਗੀ ਕੋਈ ਚੀਜ਼ ਹੈ ਹੀ ਲਾਈਕ ਜਿਵੇਂ ਤੁਹਾਨੂੰ ਦੇਖਣ ਤੋਂ ਇਹਦਾ ਲੱਗਦਾ ਕਿ ਤੁਸੀਂ ਬਹੁਤ ਯੂ نو ਡਾਈਟ ਕੌਨਸ਼ੀਅਸ ਹੋਵੋਗੇ ਨਹੀਂ ਨਹੀਂ बिल्कुल भी नहीं सर थोड़े सामने खादा कचौड़ी भी खादी दो अच्छा रेपिड फायर राउंड सैकंड छोटी छोटी गेम्स में नैवर हैव आई एवर ओके ठीक है फर्स्ट <laughs> हाँ। <laughs> <भी खादी> <laughs> okay. है नेवर हैव आई एवर स्टॉक माय को आर्टिस्ट आई हैव मल्टीपल टाइम्स हां नेवर हैव आई एवर हेल्पड माय फ्रेंड टू प्रपोज अ गर्ल टिप्स वर्बली हां दितियां हैं दितियां नहीं किवें कुड़ी नु इंप्रेस करना यहाँ पर ठीक हाँ, हाँ, है। <laughs> <laughs> Never have I ever cried alone in my room। किन्नीवार <laughs> हफ्ते चेक कवार हो जाना मेरे लागत <laughs> ज़रूरी भी है। है ना इंसान रो के तो अलग सा है। Exactly. <laughs> <laughs> Never have I ever ignored someone by using earbuds. Oh, so many times I have. I'm guilty of doing that. मैं तो फ़ोन भी पहला जो जे तो, तो, तो देखो एकदम obviously जे handy नहीं है।

ਯਾ ਇਫ ਦੇ ਐਵਰ ਕਾਲ ਮੀ ਯਾ ਜੇ ਪਲਾਨ ਬਣਾਉਂਦੇ ਐ ਐਕਚੁਅਲੀ ਮੇਰੇ ਤੋਂ ਅੱਕੇ ਹੋਇਆ ਕਿ ਮੈਂ ਕਿਤੇ ਬਾਹਰ ਨਹੀਂ ਜਾਂਦੀ ਅ ਤਾਂ ਉਹਨਾਂ ਦਾ ਪਲਾਨਿੰਗ ਤਾਂ ਬਟ ਉਹਨਾਂ ਨੇ ਉਹਨਾਂ ਨੇ ਹੁਣ ਮੈਨੂੰ ਮੈਂ ਜਿੱਦਾਂ ਹੈਗੀ ਐ ਐਕਸੈਪਟ ਕਰ ਲਿਆ ਤਾਂ ਕਿ ਇਹਨੇ ਬਾਹਰ ਨਹੀਂ ਜਾਣਾ ਜਿੰਨੇ ਮਿਲਣਾ ਇਹਨੇ ਕਹਿਣਾ ਕਿ ਘਰ ਆ ਵਾਓ ਸੋ No plans for friends ਤੇ ਹੁਣ ਐ ਲਾਸਟ ਐ ਜੀ ਜਾਣ ਤੋਂ ਪਹਿਲਾਂ ਇੱਕ ਵਾਰ ਦਿਲ ਦੀਆਂ ਗੱਲਾਂ ਸੀਜ਼ਨ 2 ਦਾ ਜਿਹੜੀ ਆਪਾਂ ਸ਼ਾਇਰੀ ਸੁਣਦੇ ਆ ਸ਼ਾਇਰੀ ਬੜੀ ਸ਼ਾਇਰੀ ਛੇੜਾਂਗੇ ਦਿਲ ਨਾਲ ਦਿਲ ਦੇ ਇਹ ਤੋਂ ਜ਼ਿਆਦਾ ਮੈਨੂੰ ਆਪ ਨੂੰ ਭੁੱਲ ਗਿਆ ਕਰਕੇ ਛੇੜਾਂਗੇ ਦਿਲ ਨਾਲ ਫੜਾ ਫੜਾ ਤੁਸੀਂ ਫੜੋ ਛੇੜਾਂਗੇ ਦਿਲ ਨਾਲ ਦਿਲ ਦੇ ਸਾਜ਼ ਫੋਲਾਂਗੇ ਫਿਰ ਅੰਦਰ ਦੇ ਰਾਜ਼ ਹਾਂ ਦਿਲ ਦੀਆਂ ਗੱਲਾਂ ਨੂੰ ਸ਼ਬਦਾਂ ਚ ਪੀਰੋਵਾਂਗੇ ਸੱਜਰੀਆਂ ਪੁਰਾਣੀਆਂ ਸਭ ਹੰਜੀਆਂ ਨਾਲ ਤੋਂ ਵਾਂਗੇ ਤੁਹਾਡੇ ਦਿਲ ਚ ਜੋ ਮਾਰੀ ਬੈਠੇ ਨੇ ਮੱਲਾ ਕਰਾਂਗੇ ਇੱਕ ਵਾਰ ਫਿਰ ਉਹਨਾਂ ਨਾਲ ਦਿਲ ਦੀਆਂ ਗੱਲਾਂ ਤੁਸੀਂ ਬਹੁਤ ਸੋਹਣਾ ਬੋਲਿਆ ਵੈਰੀ ਨਾਈਸ ਥੈਂਕ ਯੂ ਯਾ ਤੇ ਇੱਕ ਵਾਰ ਫਿਰ ਮੈਂ ਕਹੂੰਗੀ ਕਿ ਬਈ 29th ਅਕਟੂਬਰ ਰੈਡੀ ਹੋ ਜਾਓ ਦਿਲ ਦੀਆਂ ਗੱਲਾਂ ਸੀਜ਼ਨ 2 ਦੇ ਲਈ ਜੀ ਆ ਸੋ ਪਹਿਲੇ ਸੀਜ਼ਨ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਥੈਂਕ ਯੂ ਤੇ ਇਸ ਵਾਰ ਅਸੀਂ ਫਿਰ ਕੋਸ਼ਿਸ਼ ਕੀਤੀ ਆ ਕਿ ਤੁਸੀਂ ਆਪਣੀ ਪੂਰੀ ਫੈਮਿਲੀ ਦੇ ਨਾਲ ਬੈਠ ਕੇ ਆਪਣੇ ਫੇਵਰਿਟ ਸੈਲਿਬ੍ਰਿਟੀਜ਼ ਦੇ ਬਾਰੇ ਹੋਰ ਜਾਣ ਸਕੋ ਸੋ 29th ਨੂੰ ਔਨ 에ਅਰ ਹੋ ਰਿਹਾ ਹੈ ਤੁਸੀਂ ਪਲੀਜ਼ ਦੇਖਿਓ ਐਂਡ ਅਮ ਸਾਨੂੰ ਦੱਸਿਓ ਕਿ ਤੁਹਾਨੂੰ ਸ਼ੋ ਕਿੱਦਾਂ ਦਾ ਲੱਗਿਆ ਥੈਂਕ ਯੂ ਸੋ ਮਚ ਸੋਨਮ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਸੀ ਤੇ ਦਿਲ ਦੀਆਂ ਗੱਲਾਂ ਹੋਪਸ ਉਹ ਤੁਹਾਡੇ ਦਿਲ ਦੀਆਂ ਗੱਲਾਂ ਜਾਣਨ ਦਾ ਵੀ ਸਾਨੂੰ ਮੌਕਾ ਮਿਲੇ ਹਾਂ ਸ਼ਾਇਦ ਦਲਜੀਤ ਜੀ ਤੱਕ ਇਹ ਪਹੁੰਚ ਜਾਵੇ ਹਨਾ ਜਿਹੜਾ ਲਾਈਕ ਤੁਸੀਂ ਕਿਹਾ ਐਸ ਅ ਹੋਸਟ ਉਹਨਾਂ ਨੂੰ ਦੇਖਣਾ ਅਸੀਂ ਜ਼ਰੂਰ ਪਸੰਦ ਕਰਾਂਗੇ ਤਾਂ ਜਲਦ ਹੀ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ ਉਦੋਂ ਤੱਕ ਲਈ ਦਉ ਇਜਾਜ਼ਤ ਸਸ਼੍ਰੀਕਾਂ